ਗੁੰਤਾਜ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ ਤੇ ਸੁਣਨ ਵਾਲਿਆਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀਆਂ ਨੇ ਗੁੰਤਾਜ ਦੇ ਵੱਲੋਂ ਜਿਨ੍ਹਾਂ ਨੂੰ ਪਤਾ ਹੈ ਸੁਣਦੇ ਹੋਣਗੇ ਕੁਝ ਗੀਤ ਕੁਝ ਗੱਲਾਂ ਸ਼ਨੀਵਾਰ ਤੇ ਐਤਵਾਰ ਨੂੰ ਅਕਸਰ ਮੁਲਾਕਾਤ ਹੁੰਦੀ ਹੈ ਪਰ ਅੱਜ ਦੁਬਾਰਾ ਹੋ ਰਹੀ ਹੈ ਪਰ ਕਿਸੇ ਹੋਰ ਜ਼ਰੀਏ ਦੁਆਰਾ ਤਾਂ ਨਹੀਂ ਕਹਿ ਸਕਦੇ ਪਰ ਕਿਸੇ ਹੋਰ ਰਸਤੇ ਦੁਆਰਾ ਕਹਿ ਸਕਦੇ ਆਂ ਅੱਛਾ ਗੁੰਤਾਜ ਜਦੋਂ ਮੈਂ ਦੇਖਿਆ ਨਾ ਵੀ ਮਿਊਰਲਸ ਗੁੰਤਾਜਦੀਪ ਬਣਾ ਰਹੇ ਨੇ ਹਨਾ ਆਈ ਵਾਸ ਸਰਚਿੰਗ ਫਾਰ ਗੁੰਤਾਜਦੀਪ ਦਾ ਫੋਨ ਨੰਬਰ ਕਿੱਥੋਂ ਲਵਾਂ ਫੋਨ ਨੰਬਰ ਕਿੱਥੋਂ ਲਵਾਂ ਹਾਂਜੀ ਐਂਡ THEN I CAME TO KNOW ਨੋ ਗੁੰਤਾਜ ਤਾਂ ਆਪਣਾ ਹੀ ਹੈ ਗੁੰਤਾਜ ਦਾ ਕਨੈਕਟ ਦਾ ਹੀ ਐਕੀਮ ਮੈਂਬਰ THEN I CAME TO KNOW ਇਟਸ ਸੋ ਗੁੱਡ ਹਨਾ ਇਟ ਇਜ਼ ਗ੍ਰੇਟ ਹਾਊ ਆਰ ਯੂ ਫੀਲਿੰਗ ਆਦਰ ਸਾਈਡ ਆਫ ਦ ਮਾਈਕ ਐ काफ़ी सोहनी फीलिंग है <laughs> <laughs> काफ़ी मजा आ रहा <laughs> अच्छा पंजाबी मार्केट की गल करते हैं हाँ जी जोबी मार्केट का ही रीजनरेशन प्रोजेक्ट चल रहा पदो वॉट इज इट हाँ जी पंजाबी मार्केट रीजनरे so हाँ री कलैक्टिव है कुछ लोगों की टीम है गुलजार नंदा जी इन चेयरपर्सन ने ते जैग नागरा जी क्रिएटिव डायरैक्टर ने बेसिकली जो मार्केट रीजनरेशन कलैक्टिव शुरू किया मकसद ये ਕਿ ਜਿਹੜੀ ਪੰਜਾਬੀ ਮਾਰਕੀਟ ਹੈ ਵੈਨਕੂਵਰ ਚ ਜਿਹਨੂੰ ਇੱਕ ਟਾਈਮ ਤੇ ਲिटल ਇੰਡੀਆ ਵੀ ਕਿਹਾ ਜਾਂਦਾ ਸੀ ਤੇ ਨਾਰਥ ਅਮਰੀਕਾ ਚ ਸਭ ਤੋਂ ਵੱਡੀ ਪੰਜਾਬੀ ਮਾਰਕੀਟ ਸੀ ਹੁਣ ਵੀ ਹੈ ਪਰ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਤੋਂ ਸ਼ੁਰੂਆਤ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਉੱਥੇ ਜਿਹੜੀ ਰੌਣਕ ਹੈ ਥੋੜੀ ਜਿਹੀ ਘਟ ਚੁੱਕੀ ਹੈ ਤੇ ਜਿਹੜੇ ਕੁਝ ਬਿਜ਼ਨਸ ਨੇ ਉਹ ਬੰਦ ਹੋ ਗਏ ਨੇ ਤੇ ਹੋਰ ਸਾਲਾਂ ਬੱਧੀ ਜਿਹੜਾ ਕੁਝ ਵੀ ਵਾਪਰੇ ਹੈ ਕਿਰਾਏ ਵਧ ਗਏ ਤੇ ਹੋਰ ਕਾਫੀ ਕੁਝ ਹੋਇਆ ਜਿਸ ਕਰਕੇ ਉਹ ਏਰੀਆ ਜਿਹੜਾ ਸੀ ਥੋੜਾ ਜਿਹਾ ਕਹਿ ਸਕਦੇ ਹਾਂ ਕਿ ਇੱਕ ਤਾਂ ਰੌਣਕ ਘਟ ਗਈ ਤੇ ਥੋੜਾ ਜਿਹਾ ਜਾਦੂ ਸੀ ਜਿਹੜਾ ਉੱਥੇ ਥੋੜਾ ਜਿਹਾ ਗੁੰਮ ਗਿਆ ਤੇਰੀ ਜਨਰੇਸ਼ਨ ਕਲੈਕਟਿਵ ਨਾਮ ਚ ਛੁਪਿਆ ਹੋਇਆ ਉਹਨਾਂ ਨੇ ਰੀਜਨਰੇਟ ਕਰਨਾ ਪੰਜਾਬੀ ਮਾਰਕੀਟ ਨੂੰ ਤੇ ਉਹ ਵਕਫਾ ਕੋ ਉਪਰਾਲੇ ਕਰਦੇ ਆ ਇਸ ਚੀਜ਼ ਹਰ ਸਾਲ ਉਹਨਾਂ ਨੇ ਕੁਝ ਨਾ ਕੁਝ ਕੀਤਾ ਹੈ ਪਿਛਲੇ 3 ਸਾਲਾਂ ਦੇ ਅੰਦਰ-ਅੰਦਰ ਕੋਈ ਨਾ ਕੋਈ ਉਪਰਾਲਾ ਜ਼ਰੂਰ ਹੁੰਦਾ ਹੈ ਤੇ ਹੁਣ ਇਹੀ ਮਕਸਦ ਹੈ ਕਿ ਅੱਗੇ ਹੋਰ ਵਧਣਾ ਤੇ ਉਸ ਏਰੀਆ ਨੂੰ ਦੁਬਾਰਾ ਉਸੇ ਤਰ੍ਹਾਂ ਜਿਉਂਦਾ ਕਰਨਾ ਜਿਵੇਂ ਇੱਕ ਤਰ੍ਹਾਂ ਤੇ ਉਹ ਹੁੰਦਾ ਸੀ ਇੱਕ ਸਮੇਂ ਤੇ ਹੁੰਦਾ ਸੀ ਹਾਂਜੀ ਤੁਸੀਂ ਕਿਵੇਂ ਜੁੜੇ ਇਹਨਾਂ ਨਾਲ ਪੰਜਾਬੀ ਮਾਰਕੀਟ ਰੀਜਨਰੇਸ਼ਨ ਵਾਲਿਆਂ ਨਾਲ ਪੰਜਾਬੀ ਮਾਰਕੀਟ ਰੀਜਨਰੇਸ਼ਨ ਵਾਲਿਆਂ ਨਾਲ ਜੁੜਨ ਦਾ ਮੇਰਾ ਜਿਹੜਾ ਸਫ਼ਰ ਸੀ ਬੜਾ ਦਿਲਚਸਪ ਸੀ ਕਿਉਂਕਿ ਮੈਂ ਅਸਲ ਜ਼ਿੰਦਗੀ 'ਚ ਕਿਸੇ ਨੂੰ ਨਹੀਂ ਸੀ ਮਿਲਿਆ ਪਰ ਜਦੋਂ ਮੈਂ ਵੈਂਕੂਵਰ ਚ ਪਹਿਲਾਂ ਉੱਥੇ ਮੂਵ ਹੋਇਆ ਸੀ ਮੈਂ ਉਸ ਏਰੀਆ ਚ ਰਹਿੰਦਾ ਹੁੰਦਾ ਸੀ ਸੋ ਇੱਕ ਜਿਹੜੀ ਉਹ ਸੀ ਕਿ ਘਰ ਵਾਲੀ ਜਿਹੜੀ ਫੀਲਿੰਗ ਹੁੰਦੀ ਆ ਉਹ ਸੀਗੀ ਕਿ ਬਿਲਕੁਲ ਬਿਗਾਨੇ ਦੇਸ਼ ਆ ਕੇ ਵੀ ਤੇ ਮੈਂ ਉੱਥੇ ਜਾਣਾ ਅਕਸਰ ਕੋਈ ਨਾ ਥੋੜੀ ਥੋੜੀ ਬਹੁਤ ਸੈਰ ਕਰਨੀ ਤੇ ਕੁਝ ਚੀਜ਼ਾਂ ਨੋਟਿਸ ਕਰਨੀਆਂ ਤੇ ਫਿਰ ਕੀ ਹੋਇਆ ਅੱਜ ਕੱਲ੍ਹ ਜਿਵੇਂ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਮੈਂ ਸੋਸ਼ਲ ਮੀਡੀਆ ਤੇ ਥੋੜਾ ਥੋੜਾ ਐਕਟਿਵ ਬਹੁਤ ਜ਼ਿਆਦਾ ਸੀ ਉਸ ਵੇਲੇ ਤਾਂ ਕੁਝ ਜ਼ਿਆਦਾ ਹੀ ਸੀ ਓਕੇ ਤੇ ਉਹ ਇੱਕ ਮੇਰਾ ਜ਼ਰੀਆ ਸੀ ਕਹਿ ਸਕਦੇ ਹਾਂ ਤੇ ਉੱਥੇ ਮੈਂ ਪੰਜਾਬੀ ਮਾਰਕੀਟ ਦੀਆਂ ਕੁਝ ਤਸਵੀਰਾਂ ਪਾਈਆਂ ਤੇ ਆਪਣੀ ਜਿਹੜੀ ਮੇਰੀ ਕ੍ਰੀਏਟੀਵਿਟੀ ਆ ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮੈਨੂੰ ਐਕਸਪ੍ਰੈਸ ਕਰਨ ਦੀ ਆਦਤ ਆ ਤੇ ਕੁਝ ਪੇਂਟਿੰਗਸ ਕੁਝ ਡਰਾਇੰਗਸ ਤੇ ਆਪਣੇ ਹੋਰ ਜਿਹੜਾ ਵੀ ਅੰਦਰ ਮੇਰੇ ਚੱਲ ਰਿਹਾ ਹੁੰਦਾ ਨਾ ਵਾਬਰੋਲਾ ਅਕਸਰ ਇੰਸਟਾਗ੍ਰam ਤੇ ਜਾ ਕੇ ਨਿਕਲ ਜਾਂਦਾ ਬੜੀ ਇਹ ਦਿਲਚਸਪ ਗੱਲ ਲੱਗਦੀ ਆ ਮੈਨੂੰ ਕਿਉਂਕਿ ਮੈਂ ਉਹਦੇ ਵਿੱਚ ਬਹੁਤਾ ਜ਼ਿਆਦਾ ਸੋਚ ਵਿਚਾਰ ਕੇ ਕੁਝ ਨਹੀਂ ਸੀ ਕੀਤਾ ਤੇ ਬਸ ਉੱਥੋਂ ਹੀ ਪੰਜਾਬੀ ਮਾਰਕੀਟ ਰੀ ਜਨਰੇਸ਼ਨ ਵਾਲਿਆਂ ਨੇ ਕਹਿ ਸਕਦੇ ਹਾਂ ਕਿ ਇੱਕ ਤਰੀਕੇ ਨਾਲ ਸਾਡਾ ਇੱਕ ਰਿਸ਼ਤਾ ਜਾ ਬਣ ਗਿਆ ਉੱਥੇ ਕੋਈ ਕੁਝ ਮੈਨੂੰ ਹਜੇ ਆਫਰ ਨਹੀਂ ਸੀ ਕੀਤਾ ਗਿਆ ਜਾਂ ਕੁਝ ਐਸਾ ਕੁਝ ਨਹੀਂ ਸੀ ਕਿ ਤੁਸੀਂ ਸਾਡੇ ਨਾਲ ਕੰਮ ਕਰੋ ਜਾਂ ਕੁਝ ਉਹ ਬਸ ਇੱਕ ਰਿਸ਼ਤਾ ਜਾਂ ਬਣ ਗਿਆ ਕਿ ਮੈਨੂੰ ਵਧੀਆ ਲੱਗਦਾ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਕਿਉਂਕਿ ਮੈਂ ਵੀ ਨੋਟਿਸ ਕੀਤਾ ਸੀ ਕਿ ਉਹ ਏਰੀਆ ਥੋੜਾ ਜਿਹਾ ਬਾਕੀ ਏਰੀਆਜ਼ ਨਾਲੋਂ ਥੋੜਾ ਜਿਹਾ ਘੱਟ ਉੱਥੇ ਹਲਚਲ ਹੈਗੀ ਹੈ ਹਮਮ ਤੇ ਬਸ ਇਸੇ ਤਰ੍ਹਾਂ ਗੱਲਬਾਤ ਹੁੰਦੀ ਰਹੀ ਤੇ ਹੁਣ ਥੋੜੇ ਕਿ ਸਾਲਾਂ ਬਾਅਦ ਜਦੋਂ ਵੈਨਕੂਵਰ ਮਿਊਰਲ ਫੈਸਟੀਵਲ ਆਇਆ ਵੈਨਕੂਵਰ ਦੇ ਵਿੱਚ ਤੇ ਉਹਨਾਂ ਨੇ ਪੰਜਾਬੀ ਮਾਰਕੀਟ ਰੀ ਜਨਰੇਸ਼ਨ ਕਲੈਕਟਿਵ ਵਾਲੇ ਨੇ ਐਕਚੁਅਲੀ ਵੈਨਕੂਵਰ ਮੀਰੋਰ ਫੈਸਟੀਵਲ ਨਾਲ ਕਲੈਬੋਰੇਟ ਕੀਤੀ ਅਤੇ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਵੱਖਰਾ ਜਿਹਾ ਚਾਹੀਦਾ ਅ ਅਲੱਗ-ਅਲੱਗ ਕਲਾਕਾਰ ਚਾਹੀਦੇ ਜਿਹੜੇ ਹਰ ਕੋਈ ਆਪਣਾ ਇੱਕ ਯੂਨੀਕ ਸਟਾਈਲ ਲੈ ਕੇ ਆਵੇ ਆਪਣਾ ਹੀ ਇੱਕ ਸਨੇਹਾ ਲੈ ਕੇ ਆਵੇ ਆਪਣੀ ਕੋਈ ਕਹਾਣੀ ਲੈ ਕੇ ਆਵੇ ਆਪਣੀ ਕਲਾ ਦੇ ਜ਼ਰੀਏ ਤੇ ਇਸ ਤਰ੍ਹਾਂ ਫਿਰ ਅ ਜੁੜਿਆ ਮੈਂ ਪੰਜਾਬੀ ਮਾਰਕੀਟ ਰੀ ਜਨਰੇਸ਼ਨ ਕਲੈਕਟਿਵ ਦੇ ਨਾਲ ਸਫਰ 2.5 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਉਹਨਾਂ ਦੇ ਨਾਲ ਜਿਹੜਾ ਮੇਰਾ ਰਿਸ਼ਤਾ ਜੁੜਿਆ ਸੀ ਹਾਂਜੀ ਅੱਛਾ ਤੁਹਾਡਾ ਨਾ ਮਿਊਰਲ ਮੈਂ ਦੇਖਿਆ ਮੈਂ ਸਾਰੇ ਦੇਖੇ ਉਹ ਮੈਂ ਪਿਕਚਰਸ ਦੇਖੀਆਂ ਤੇ ਮੈਂ ਸਾਰੇ ਮਿਊਰਲਸ ਦੇਖੇ ਨੇ ਜਿਹੜੇ ਬਣ ਰਹੇ ਨੇ ਤੁਹਾਡੇ ਵਾਲਾ ਜਿਹੜਾ ਮਿਊਰਲ ਹੈ ਨਾ ਉਹ ਖਾਸ ਕਰਕੇ ਸਟੈਂਡ ਆਊਟ ਕਰ ਜਾਂਦਾ ਹੈ ਨਾ ਬਿਕਾਜ਼ ਇਟ ਇਜ਼ ਪੰਜਾਬੀ ਮਾਰਕੀਟ ਐਂਡ ਇਟ ਇਜ਼ 올 ਅਬਾਊਟ ਪੰਜਾਬੀ ਕਲਚਰ ਜੀ ਹੈਨਾ ਬੜਾ ਖੂਬਸੂਰਤ ਮੈਨੂੰ ਲੱਗਿਆ ਮੈਨੂੰ ਯਾਦ ਆ ਗਿਆ ਵੀ ਪਿੰਡਾਂ ਦੇ ਵਿੱਚ ਪੁਰਾਣੇ ਹੈਨਾ ਜਦੋਂ ਇੰਡੀਆ ਦੇ ਵਿੱਚ ਕਿਤੇ ਹਵੇਲੀ ਵਗੈਰਾ ਜਾਂਦੇ ਹੁੰਦੇ ਸੀ ਇਹ ਜਿਹੇ ਮਿਊਰਲਸ ਬਣੇ ਹੁੰਦੇ ਸੀ ਹੈਨਾ ਉੱਥੇ ਅੱਛਾ ਗੁੰਤਾਜ ਤੁਹਾਡੇ ਮਿਊਰਲ ਦੀ ਗੱਲ ਕਰੀਏ ਹਾਂਜੀ ਬਹੁਤ ਹੀ ਖੂਬਸੂਰਤ ਥੈਂਕ ਯੂ ਸੋ ਮਚ ਮਤਲਬ ਦਿਲ ਖੁਸ਼ ਹੋ ਗਿਆ ਦੇਖ ਕੇ ਹੈਨਾ ਇਨਸਪੀਰੇਸ਼ਨ ਕਿੱਥੋਂ ਆਈ ਦੱਸੋ ਸਨ ਇਨਸਪੀਰੇਸ਼ਨ ਜਦੋਂ ਇਹ ਪ੍ਰੋਸੈਸ ਸਾਰਾ ਸ਼ੁਰੂ ਹੋਇਆ ਤੇ ਜਦੋਂ ਗੱਲ ਚ ਤਰੀਕੇ ਪੰਜਾਬੀ ਮਾਰਕੀਟ ਦੇ ਵਿੱਚ ਮਿਊਰਲਸ ਬਣਾਉਣੇ ਆ ਮੇਰਾ ਮਕਸਦ ਇਹੀ ਸੀ ਸ਼ੁਰੂਆਤ ਤੋਂ ਹੀ ਕਿ ਕੁਝ ਅਜਿਹੇ ਲਾਉਣਾ ਜਿਹਦੇ ਨਾਲ ਦੇਖਦੇ ਆਂ ਸਾਰੀ ਪੰਜਾਬ ਦੀ ਕਹਿ ਸਕਦੇ ਹੋ ਖੁਸ਼ਬੂ ਜੀ ਆਵੇ। ਤੇ ਇਹ ਮੇਰਾ ਸ਼ੁਰੂਆਤ ਤੋਂ ਐਮਸੀ ਪਰ ਮੇਰੇ ਦਿਮਾਗ 'ਚ ਉਸ ਵੇਲੇ ਕੋਈ ਖਾਸੀ ਤਸਵੀਰ ਨਹੀਂ ਸੀ ਬਣੀ। ਹੂੰ ਤੇ ਫਿਰ ਮੈਂ ਗੱਲਬਾਤ ਕੀਤੀ ਮਿਸਟਰ ਤੂਰਨਲ ਜਿਨ੍ਹਾਂ ਦਾ ਪੰਜਾਬ ਫੂਡ ਸੈਂਟਰ ਹੈ ਜਿਨ੍ਹਾਂ ਦੀ ਕੰਦ ਤੇ ਮੈਂ ਬੇਸਿਕਲੀ ਪੇਂਟ ਕੀਤਾ ਹੈ। ਓਕੇ ਤੇ ਉਹਨਾਂ ਨਾਲ ਗੱਲਬਾਤ ਕਰਨੀ ਵੀ ਜ਼ਰੂਰੀ ਸੀ ਕਿਉਂਕਿ ਉਹ ਉਸ ਕੰਦ ਦੇ ਮਾਲਕ ਨੇ। ਤੇ ਮੈਂ ਥੋੜਾ ਚਾਹੁੰਦਾ ਸੀ ਕਿ ਪੁੱਛਾਂ ਉਹਨਾਂ ਨੂੰ ਕਿ ਉਹ ਕਿਸ ਕਿਸ ਪਾਸੇ ਵੱਲ ਜਾਣਾ ਚਾਹੁੰਦੇ ਆ ਇਸ ਜਿਹੜੀ ਕਲਾਕਾਰੀ ਹੈ ਉਹ ਕਿਸ ਤਰ੍ਹਾਂ ਦੀ ਕਲਾਕਾਰੀ ਚਾਹੁੰਦੇ ਆ ਤੇ ਉਹਨਾਂ ਨੇ ਵੀ ਬਸ ਇਹੀ ਆਖਿਆ ਜੋ ਮੇਰੇ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਕਿ ਬਸ ਮੈਨੂੰ ਪੰਜਾਬ ਦਾ ਕੋਈ ਬਹੁਤ ਹੀ ਜ਼ਿਆਦਾ ਕਹਿ ਸਕਦੇ ਹਾਂ ਜਿਵੇਂ ਆਪਾਂ ਇੰਗਲਿਸ਼ ਕਹ ਦਿੰਦੇ ਨਾ ਕੁਇੰਟੈਸੈਂਸ਼ੀਅਲ ਕਿ ਬਸ ਉਹ ਉਸ ਤੋਂ ਵੱਖਰਾ ਕੁਝ ਨਹੀਂ ਹੋ ਸਕਦਾ ਪਰ ਉਹ ਇੰਨਾ ਜ਼ਿਆਦਾ ਕੁਇੰਟੈਸੈਂਸ਼ੀਅਲ ਵੀ ਐਟ ਦ ਸੇਮ ਟਾਈਮ ਕਿ ਉਸ ਤੋਂ ਬਾਅਦ ਪੰਜਾਬੀ ਵੀ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਉਹ ਵਾਕਈ ਉਸ ਤੋਂ ਉਸ ਤੋਂ ਬਾਅਦ ਪੰਜਾਬੀ ਕੁਝ ਨਹੀਂ ਹੋ ਸਕਦਾ ਤੇ ਫਿਰ ਬਸ ਮੈਂ ਕੋਸ਼ਿਸ਼ ਕੀਤੀ ਕਿ ਇੱਕ ਐਜੇ ਹੀ ਤਸਵੀਰ ਬਣਾਵਾਂ ਜਿਹਦੇ ਨਾਲ ਐ ਲੱਗੇ ਕਿ ਅਮ ਬਸ ਅਸੀਂ ਥੋੜਾ ਜਿਹਾ ਵਾਪਸ ਜਾ ਚੁੱਕੇ ਹਾਂ ਸਮੇਂ ਵਿੱਚ ਵੀ ਵਾਪਸ ਜਾ ਚੁੱਕੇ ਹਾਂ ਤੇ ਜੀਓਗ੍ਰਾਫਿਕਲੀ ਵੀ ਥੋੜਾ ਜਿਹਾ ਵਾਪਸ ਜਾ ਚੁੱਕੇ ਹਾਂ ਪੰਜਾਬ ਜਾ ਚੁੱਕੇ ਹਾਂ ਤੇ ਅਮ ਮੇਰੀ ਆਦਤ ਹੈ ਕਿ ਜਦੋਂ ਵੀ ਕੋਈ ਕਲਾਕਾਰੀ ਕਰਨੀ ਆ ਜਾਂ ਕੁਝ ਵੀ ਬਣਾਉਣਾ ਹੈ ਇੱਕ ਡਿਸਟਿੰਕਟ ਮੂਮੈਂਟ ਨੂੰ ਰੀਕ੍ਰੀਏਟ ਕਰਨਾ ਇੱਕ ਪਲ ਨੂੰ ਰੀਕ੍ਰੀਏਟ ਕਰਨਾ ਤੇ ਉਸ ਉੱਥੇ ਵੀ ਮੈਂ ਇੱਕ ਪਲ ਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ ਇੱਕ ਪਲ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨੂੰ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਆ ਜੇ ਤੁਸੀਂ ਵੇਖੋਗੇ ਉਹਦੇ ਵਿੱਚ ਵੱਖ-ਵੱਖ ਜਿਹੜੇ ਕਿਰਦਾਰ ਨੇ ਆਪਸ ਉਹ ਆਪਣੇ ਜਹੀ ਰੁੱਝੇ ਹੋਏ ਨੇ ਪਰ ਉਹ ਆਪਸ ਜੁੜੇ ਵੀ ਹੋਏ ਨੇ ਤੇ ਜਿਹੜਾ ਪਿੱਛੇ ਦਾ ਸੀਨ ਹੈ ਉੱਥੇ ਪੰਜਾਬ ਦਾ ਸਾਰਾ ਜਿਵੇਂ ਪਿੱਤਲ ਦੇ ਭਾਂਡੇ ਦੇਖ ਸਕਦੇ ਹੋ ਤੁਸੀਂ ਤੇ ਖੇਤ ਦਿਸ ਰਹੇ ਨੇ ਸੂਰਜ ਡੁੱਬ ਰਿਹਾ ਸੂਰਜ ਦੀ ਲਾਲੀ ਹੈ ਤੇ ਬਸ ਇੱਕ ਸੁਪਨਾ ਜਿਹਾ ਬਣਾਉਣਾ ਸੀ ਤੇ ਉਹ ਬਣ ਗਿਆ ਜਿਹੜਾ ਇੱਕ ਪਲ ਸੁਪਨੇ ਵਰਗਾ ਉਹ ਬਣ ਗਿਆ ਆਈ ਰੀਲੀ ਹੈਵ ਗੂਸ ਬੰਬਸ ਰਾਈਟ ਨਾਉ ਸੋਚਦੇ ਹੋਏ ਤੇ ਤੁਹਾਡੀ ਗੱਲ ਸੁਣਦੇ ਹੋਏ ਵਾਕਈ ਇਹ ਇਹ ਤਸਵੀਰ ਜਿਹੜੇ ਸਾਡੇ ਲਿਸਨਰਸ ਆ ਉਹ ਦੇਖ ਕਿੱਥੇ ਸਕਦੇ ਆ ਤੁਹਾਡੇ ਇੰਸਟਾਗ੍ਰam ਤੇ ਦੇਖ ਸਕਦੇ ਨੇ ਹਾਂਜੀ ਜੇ ਡਿਜੀਟਲੀ ਦੇਖਣਾ ਚਾਹੁੰਦੇ ਆ ਤਾਂ ਇੰਸਟਾਗ੍ਰam ਤੇ ਜਾ ਕੇ ਦੇਖ ਸਕਦੇ ਆ ਕਿਉਂਕਿ ਹੁਣ ਸੁਣਿਆ ਨਾ ਹੁਣ ਕਿਉਰਿਓਸਿਟੀ ਹੋ ਗਈ ਵੀ ਦੇਖੀਏ ਵੀ ਵੀ ਕੀ ਹੈ ਇਹ ਹਾਂਜੀ ਸੋ ਯੂਅਰ ਇੰਸਟਾਗ੍ਰam ਕੈਨ ਯੂ ਸ਼ੇਅਰ ਇਟ ਵਿਦ ਹਾਂਜੀ ਇੰਸਟਾਗ੍ਰam ਯੂਜ਼ਰ ਨੇਮ ਹੈ ਜੀ ਗੁੰਤਾਜ ਦੀਪ ਸਿੰਘ ਮੇਰਾ ਨਾਮ ਪੂਰਾ ਜੀ ਯੂ ਐਨ ਟੀ ਏ ਜੇ ਡੀ ਈ ਪੀ ਐਸ ਆਮ ਜੀ ਗੁੰਤਾਜ ਦੀਪ ਸਿੰਘ ਉੱਥੇ ਜਾ ਕੇ ਦੇਖ ਸਕਦੇ ਆ ਇਹ ਆਰਟਿਸਟਿਕ ਇਨਕਲਿਨੇਸ਼ਨ ਸ਼ੁਰੂ ਤੋਂ ਹੀ ਹੈ ਗੁੰਤਾਜ ਹਾਂਜੀ ਇਹ ਜਿਹੜਾ ਕਲਾ ਦਾ ਮੇਰਾ ਸਫ਼ਰ ਹੈ ਬਹੁਤ ਪਹਿਲਾਂ ਸ਼ੁਰੂ ਹੋਇਆ ਸੀ ਅ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਐਕਚੁਅਲੀ ਆਪਣੀ ਭੈਣ ਵੱਲ ਦੇਖ-ਦੇਖ ਕੇ ਡਰਾਇੰਗ ਕਰਦਾ ਹੁੰਦਾ ਸੀ ਮੈਨੂੰ ਐਂ ਲੱਗਦਾ ਸੀ ਕਿ ਜੋ ਉਹ ਬਣਾ ਰਹੀ ਹੈ ਮੈਂ ਵੀ ਬਣਾਉਣੀ ਆ ਰੀਸੋ ਰੀਸ ਕਰਨੀ ਬਸ ਤੇ ਮੈਂ ਵਧੀਆ ਬਣਾਉਣੀ ਆ ਉਸ ਤਰ੍ਹਾਂ ਦਾ ਮੇਰਾ ਐਟੀਟਿਊਡ ਹੁੰਦਾ ਸੀ ਅ ਕੰਪੀਟੀਸ਼ਨ ਤਾਂ ਹੁੰਦਾ ਸੀ ਜਿਹਦੇ ਬਾਰੇ ਕੋਈ ਬੋਲਦਾ ਨਹੀਂ ਸੀ ਹੁੰਦਾ ਪਰ ਹੁੰਦਾ ਸੀ ਆਪਣੇ ਅੰਦਰ ਕਿ ਮੈਂ ਉਹ ਕਿੰਗ ਰਾਈਵਲਰੀ ਰਾਈਵਲਰੀ ਹਾਂਜੀ ਤੇ ਅ ਬਸ ਉਦੋਂ ਸ਼ੁਰੂ ਹੋਇਆ ਮੇਰਾ ਸਫ਼ਰ ਤੇ ਕਿਵੇਂ ਅੱਗੇ ਵੱਧ ਕੇ ਇਹ ਜਿਹੜਾ ਇੱਕ ਰੀਸ ਤੋਂ ਸ਼ੁਰੂ ਕੀਤਾ ਹੋਇਆ ਕੰਮ ਫਿਰ ਹੌਲੀ-ਹੌਲੀ ਸ਼ੌਂਕ 'ਚ ਬਦਲਿਆ ਤੇ ਫਿਰ ਹੌਲੀ-ਹੌਲੀ ਸ਼ੌਂਕ ਤੋਂ ਕਿਵੇਂ ਇੱਕ ਤਰ੍ਹਾਂ ਦਾ ਜਜ਼ਬਾ ਹੀ ਬਣ ਗਿਆ ਕਿਉਂਕਿ ਇੱਕ ਰਸਤਾ ਬਣ ਗਿਆ ਮੇਰੇ ਲਈ ਜਿਹਦੇ ਰਾਹੀਂ ਮੈਂ ਆਪਣਾ ਅੰਦਰ ਜੋ ਵੀ ਚੱਲ ਰਿਹਾ ਹੁੰਦਾ ਨਾ ਕਦੇ-ਕਦੇ ਜਦੋਂ ਮੈਂ ਉੱਥੇ ਹੁੰਨਾ ਬਸ ਫਿਰ ਉਹ ਥੋੜਾ ਜਾਂ ਥਮ ਜਾਂਦਾ ਤੇ ਉਹਦੇ 'ਚ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ ਸੁੱਤਾ ਕਰਕੇ ਫਿਰ ਕਲਾ ਤੋਂ ਬਿਨਾਂ ਤਾਂ ਹੁਣ ਮੈਨੂੰ ਅਧੂਰਾ ਜਿਹਾ ਲੱਗਦਾ ਆਪਣਾ ਸਾਰਾ ਕੁਝ ਤੇ ਹਾਂਜੀ ਗ੍ਰੇ ਨਾਈਸ ਹਾਂਜੀ ਪੰਜਾਬੀ ਮਾਰਕੀਟ ਨਾਲ ਜੁੜ ਕੇ ਉੱਥੇ ਇਹ ਮਿਊਰਲਸ ਬਣਾ ਕੇ ਅਚੀਵ ਕੀ ਕਰਨਾ ਚਾਹੁੰਦੇ ਆ ਆਪਾਂ ਖਾਸ ਕਰਕੇ ਜਿਨ੍ਹਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਵਾਟ ਡੂ ਦੇ ਵਾਂਟ ਟੂ ਅਚੀਵ ਹਾਂਜੀ ਮਿਊਰਲਸ ਇਨ ਦਾ ਮਾਰਕੀਟ ਜਿਹੜਾ ਪ੍ਰੋਜੈਕਟ ਹੈ ਜਿਵੇਂ ਤੁਸੀਂ ਕਿਹਾ ਮਿਊਰਲਸ ਬਣਾ ਰਹੇ ਆ ਮਾਰਕੀਟ ਦੇ ਵਿੱਚ ਮਿਊਰਲਸ ਇੱਕ ਤਰ੍ਹਾਂ ਦਾ ਪਬਲਿਕ ਆਰਟ ਨੇ ਜਿਹੜੇ ਕਿ ਤੁਸੀਂ ਕਿਤੇ ਜਾ ਕੇ ਕੋਈ ਪੈਸੇ ਨਹੀਂ ਦੇਣੇ ਕੋਈ ਐਡਮਿਸ਼ਨ ਫੀ ਨਹੀਂ ਪੇ ਕਰਨੀ ਉਹ ਹਰ ਵੇਲੇ ਐਕਸੈਸਿਬਲ ਨੇ ਹਰ ਏਜ ਗਰੁੱਪ ਨੂੰ ਐਕਸੈਸਿਬਲ ਨੇ ਹਰ ਜਿਵੇਂ ਸੋਸ਼ੀਓਲੋਜੀਕਲ ਗਰੁੱਪ ਨੂੰ ਵੀ ਐਕ세ਸਿਬਲ ਨੇ ਜਿਨ੍ਹਾਂ ਨੇ ਵੀ ਜਾ ਕੇ ਦੇਖਣੇ ਆ ਉਹ ਦੇਖ ਸਕਦੇ ਆ ਤੇ ਬਸ ਜਦੋਂ ਕਲਾ ਇੱਕ ਤਰ੍ਹਾਂ ਕਹਿ ਸਕਦੇ ਆ ਹਰ ਕਿਸੇ ਲਈ ਐਕ세ਸਿਬਲ ਹੋ ਜਾਂਦੀ ਆ ਹਰ ਕਿਸੇ ਤੱਕ ਪਹੁੰਚਣ ਲੱਗ ਪੈਂਦੀ ਆ ਉਹਦੇ ਨਾਲ ਬਹੁਤ ਜ਼ਿਆਦਾ ਬਦਲਾ ਆ ਸਕਦਾ ਸੋਸਾਇਟੀ ਦੇ ਵਿੱਚ ਕਿਉਂਕਿ ਜਿਵੇਂ ਮੈਂ ਬਣਾ ਵੀ ਰਿਹਾ ਸੀ ਨਾ ਜਿਹੜਾ 10 12 ਦਿਨਾਂ ਦਾ ਮੇਰਾ ਪੂਰਾ ਪ੍ਰੋਸੈਸ ਸੀ ਉਸ ਦੌਰਾਨ ਵੀ ਮੈਂ ਬਹੁਤ ਰੋਜ਼ ਮੇਰੇ ਨਾਲ ਇੱਕ ਵੱਖਰਾ ਤਜਰਬਾ ਹੁੰਦਾ ਕਿਉਂਕਿ ਕੋਈ ਨਾ ਕੋਈ ਰੁਕ ਕੇ ਕੋਈ ਨਾ ਕੋਈ ਸਵਾਲ ਪੁੱਛਦਾ ਹੂੰ ਫਿਰ ਪਾਵੇਂ ਕੋਈ ਬੱਚਾ ਹੁੰਦਾ ਜਾਂ ਫਿਰ ਕੋਈ ਬਹੁਤ ਬਜ਼ੁਰਗ ਮਰਦੇ ਕੋਈ ਹੁੰਦੇ ਵਕ ਵਕ ਸਿਰਫ ਪੰਜਾਬੀ ਨਹੀਂ ਅਲੱਗ ਅਲੱਗ ਐਥਨਿਸਿਟੀਆਂ ਦੇ ਸੀ ਯੂ ਰੁਕ ਕੇ ਪੁੱਛ ਰਹੇ ਸੀ ਕਿ ਤੂੰ ਕੀ ਬਣਾ ਰਿਹਾ ਸਾਨੂੰ ਥੋੜਾ ਜਿਆਦਾ ਦੱਸ ਦੱਸ ਤੇ ਬਸ ਟਿੱਕਲਾ ਦਾ ਮਕਸਦ ਇਹ ਹੁੰਦਾ ਕਿ ਜਿਹੜੀ ਉਹ ਕਿਰੀਓਸਿਟੀ ਆ ਤੁਹਾਡੇ ਅੰਦਰ ਜਿਹੜੀ ਅਸੀਂ ਕਦੇ ਕਦੇ ਜਦੋਂ ਐਡਲਟ ਹੁੱਡ ਚ ਜ਼ਿੰਦਗੀ ਮੰਨਦੇ ਆ ਬਹੁਤ ਜ਼ਿਆਦਾ ਮਸ਼ਰੂਫ ਹੋ ਜਾਂਦੀ ਆ ਤੇ ਬਹੁਤ ਜ਼ਿਆਦਾ ਧਿਆਨ ਸਾਡਾ ਬੰਡਿਆ ਜਾਂਦਾ ਪਰ ਕਲਾ ਦੇ ਰਹੇ ਜਿਹੜਾ ਉਹ ਧਿਆਨ ਆ ਇੱਕ ਪਾਸੇ ਰੱਖ ਕੇ ਤੁਹਾਡਾ ਧਿਆਨ ਤੁਹਾਡੇ ਅੰਦਰ ਜਿਹੜੀ ਕਿਉਰਿਓਸਿਟੀ ਆ ਉਹ ਜਗਾਉਣਾ ਹੁੰਦਾ ਤੇ ਜਿਨ੍ਹਾਂ ਨੂੰ ਪਤਾ ਆਲਰੇਡੀ ਕਿ ਉੱਥੇ ਕੀ ਬਣ ਰਿਹਾ ਉਹਨਾਂ ਅੰਦਰ ਇੱਕ ਹੀ ਰਿਓਸਿਟੀ ਹੁੰਦੀ ਸੀ ਕਿ ਇਹ ਕਿਉਂ ਬਣ ਰਿਹਾ ਜਿਵੇਂ ਤੁਸੀਂ ਮੈਨੂੰ ਇਸ ਵਾਰ ਪੁੱਛ ਰਹੇ ਹਾਂ ਤਾਂ ਵੀ ਹੀ ਸਵਾਲ ਹੁੰਦਾ ਸੀ ਤੁਸੀਂ ਬਣਾ ਕਿਉਂ ਰਹੇ ਹਾਂ ਕਿਉਂ ਰਹੇ ਹਾਂ ਯਾ ਤੇ ਬਸ ਫਿਰ ਉਹਨਾਂ ਨੂੰ ਦੱਸਦੇ ਕਿ ਜਿਹੜੀਆਂ ਚੀਜ਼ਾਂ ਕਦੇ-ਕਦੇ ਅਸੀਂ ਸਖਣੀਆਂ ਕਰ ਲੈਂਦੇ ਆ ਜ਼ਿੰਦਗੀ ਚ ਨਾ ਕਿ ਬਸ ਆਮ ਜੀ ਚੱਲਦੀ ਰਹਿੰਦੀ ਹੈ ਕਦੇ-ਕਦੇ ਜ਼ਿੰਦਗੀ ਉਸ ਚੀਜ਼ 'ਚ ਰੰਗ ਭਰਨ ਲਈ ਅਸੀਂ ਚਾਹੁੰਦੇ ਸੀ ਕਿ ਪੰਜਾਬੀ ਮਾਰਕੀਟ ਰੀਜਨਰੇਸ਼ਨ ਕਲੈਕਟਿਵ ਨੇ ਵੀ ਇਹ ਸ਼ੁਰੂ ਕੀਤਾ ਉਪਰਾਲਾ ਉਹੀ ਦੱਸ ਰਹੇ ਹਾਂ ਤੁਹਾਨੂੰ ਕਿ ਬਸ ਲੋਕਾਂ ਨੂੰ ਇਕੱਠੇ ਕਰਨਾ ਉਹਨਾਂ ਨੂੰ ਉੱਥੇ ਲੈ ਕੇ ਆਉਣਾ ਉਹਨਾਂ ਨੂੰ ਦੱਸਣਾ ਕਿ ਇਹ ਜਿਹੜਾ ਕਲਚਰ ਹੈ ਇਹ ਕੀ ਸੀ ਪਰ ਇਹ ਨਹੀਂ ਕਿ ਉਸ ਚੀਜ਼ ਨੇ ਸਿਰਫ ਅਸੀਂ ਪੰਜਾਬੀ ਹੀ ਦਰਸਾਇਆ ਜੇ ਤੁਸੀਂ ਬਾਕੀ ਮਿਰਲ ਸਾਖੇ ਦੇਖੋਗੇ ਸੰਦੀਪ ਜੋਹਲ ਦਾ ਦੇਖੋਗੇ ਅਤੇ ਡਾਇਮੰਡ ਪੁਆਇੰਟ ਦਾ ਮੁਸਤਲੀ ਰਾਜ ਤੇ ਮਨਾਹਬ ਬੁਖਾਰੀ ਜੀ ਨੇ ਵੀ ਕੀਤਾ ਤੇ ਉਹ ਸਾਰੇ ਵੱਖਰੇ ਵੱਖਰੇ ਨੇ ਸੋ ਹਰ ਕਿਸੇ 'ਚ ਇੱਕ ਵੱਖਰਾ ਸਵਾਲ ਪੈਦਾ ਹੁੰਦਾ ਉਹਨੇ ਕਲਰਸ ਬਹੁਤ ਸਟੈਂਡ ਆਊਟ ਕਰਦੇ ਇੱਕ ਬਲੂ ਕਲਰ ਦਾ ਵਾ ਇੱਕ orange and green ਆ ਉਹ ਬਹੁਤ ਸਟੈਂਡ ਆਊਟ ਕੀਤਾ ਮੈਨੂੰ orange and green is مستعلیت میناہل ਉਹ ਦੋਨੋਂ ਹਸਬੰਡ ਵਾਈਫ ਨੇ ਉਹਨਾਂ ਨੇ ਕੀਤਾ ਓਕੇ ਤੇ ਉਹਨਾਂ ਦਾ ਸਟਾਈਲ ਬਹੁਤ ਹੀ ਜ਼ਿਆਦਾ ਵੱਖਰਾ ਹੈ ਤੇ ਉਹ ਹਮੇਸ਼ਾ ਕੁਝ ਵੱਖਰਾ ਹੀ ਲੈ ਕੇ ਆਉਂਦੇ ਆ ਤੇ ਮੈਨੂੰ ਵੀ ਬਹੁਤ ਜ਼ਿਆਦਾ ਰੰਗ ਉਹਨਾਂ ਦੇ ਬਹੁਤ ਹੀ ਜ਼ਿਆਦਾ ਸੁਹਣੇ ਆ yes ਤੇ ਬਸ ਇਹੀ ਮਕਸਦ ਸੀ ਕਿ ਹਰ ਕੋਈ ਆਕੇ ਵੇਖੇ ਕਿ ਕਲਾ ਦੇ ਰਾਹੀ ਕਿਵੇਂ ਸਾਰੇ ਜੁੜ ਸਕਦੇ ਆ ਤੇ ਕਿਵੇਂ ਇੱਕ ਜਿਹੜਾ ਏਰੀਆ ਥੋੜਾ ਜਿਹਾ ਜਿਵੇਂ ਮੈਂ ਪਹਿਲਾਂ ਸਮਝਾ ਰਿਹਾ ਸੀ ਕਿ ਥੋੜਾ ਜਿਹਾ ਉਹ ਉਹਦਾ ਜਾਦੂ ਚਲਾ ਗਿਆ ਉਸ ਜਾਦੂ ਨੂੰ ਜਗਾਉਣ ਲਈ ਬਿਊਟੀਫੁੱਲ ਬਿਊਟੀਫੁੱਲ ਮੈਂ ਇੱਕ ਬਹੁਤ ਤੇਰ ਪਹਿਲਾਂ ਬਹੁਤ ਸਾਲ ਪਹਿਲਾਂ ਇੱਕ ਗੱਲ ਪੜ੍ਹੀ ਸੀ ਕਿ ਜੇ ਤੁਸੀਂ ਇੱਕ ਬ্লাইন্ড ਪਰਸਨ ਨੂੰ ਹਾਂਜੀ ਕਲਰਸ ਸਮਝਾ ਸਕਦੇ ਹੋ ਨਾ ਹਾਂਜੀ ਤਾਂ ਤੁਸੀਂ ਜਾਦੂਗਾਰ ਹੋ ਹਾਂਜੀ ਮੈਨੂੰ ਲੱਗਦਾ ਕਿ ਜਿਹੜੇ ਆਰਟਿਸਟ ਹੁੰਦੇ ਨੇ ਨਾ ਹਾਂਜੀ ਇਹ ਇਹ ਜੇ ਕਿਸੇ ਬ্লাইন্ড ਪਰਸਨ ਨੂੰ ਇਹਨਾਂ ਨੇ ਕਲਰ ਸਮਝਾਉਣੇ ਹੋਣ ਇਹ ਸਮਝਾ ਸਕਦੇ ਨੇ ਬਹੁਤ ਵਧੀਆ ਲੱਗਿਆ ਗੁਨਤਾਜ ਤੁਹਾਡੇ ਨਾਲ ਗੱਲਬਾਤ ਕਰਕੇ ਆਈ ਕੈਨ ਸੀ ਦੈਟ ਆਰਟਿਸਟ ਇਨ ਯੂ ਐਂਡ ਆਈ ਕੈਨ ਫੀਲ ਇਟ ਐਂਡ ਆ ਨਾ ਵਾਈਬਸ ਮੈਨੂੰ ਫੀਲ ਹੋ ਰਹੀਆਂ ਨੇ ਕੁਝ ਬਹੁਤ ਬਹੁਤ ਧੰਨਵਾਦ ਤੁਹਾਡਾ ਚਿਹਰਾ ਖਿੜਿਆ ਹੋਇਆ ਆਠ ਵਾਰੀ ਗੱਲ ਕਰਦੇ ਹੋਏ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਮਕਸਦ ਨਾਲ ਇਹ ਸਾਰਾ ਕੁਝ ਸ਼ੁਰੂ ਕੀਤਾ ਗਿਆ ਉਹ ਮਕਸਦ ਵੀ ਪੂਰਾ ਹੋਊਗਾ ਜਿਹੜੀ ਸਾਡੀ ਪੰਜਾਬੀ ਮਾਰਕੀਟ ਹੈ ਸਾਡੀ ਹੋ ਹੁੰਦਾ ਹੈ ਇੱਕ ਕਿਸਮ ਦੀ ਉਹ ਉਹ ਮੁੜ ਸੁਰਜੀਤ ਜ਼ਰੂਰ ਹੋਗੀ ਤੁਹਾਡਾ ਵੀ ਇਹੀ ਆ ਇਹ ਉਮੀਦਾਂ ਸੀ ਕਰਦੇ ਆ ਕਿ ਸਾਰੇ ਜਿਹੜੇ ਵੀ ਸੁਣਨ ਵਾਲੇ ਨੇ ए एक बार मीरल्स इन द मार्केट जाके जरूर देख अः बहुत वजिया तजुर्बा तो होगा बस यही है जी मार्केट सुरजीत करनी है जरूर होगी सानू यही आस है <laughs> बहुत बहुत धनबाद मैं अपने शो तो बुलाने लैंक यू सो मच गुंताज